स्वामी नारायण मंदिर वासना संस्था आ न्यू कैलीफोर्निया दे विच ते जिथे असी देखिया भी तुसी दस्या जिवें कि खालिस्तान दा जिहड़ी रेफरेंडम कैंपेन आ उहदे उहदी वोटिंग्स होणियां ने उहदियां वोटां पैणियां ने जनवरी दे विच कोई हजे इन्वेस्टिगेशन च क्लीयर नहीं होया भी इह किहने लिखा आ ਜਾਂ ਕਿਹਦੀ ਇਹ ਕਾਰਵਾਈ ਆ ਪਰ ਉਹਨਾਂ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਸਿੱਧਾ ਹੀ ਕਹਿੰਦੇ ਆ ਹਿੰਦੂਆਂ ਦੇ ਜਿਹੜੇ ਟੈਂਪਲ ਦੇ ਉਹਨਾਂ ਦੇ ਉੱਤੇ ਅਟੈਕ ਕੀਤਾ ਜੀ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਲਿਖੀ ਆ ਕਿਸੇ ਹਿੰਦੂ ਮੰਦਰ ਦੇ ਜਿਹੜੇ ਬੋਰਡ ਨੇ ਜਾਂ ਉਹਦੀ ਕੰਧ ਆ ਉਹਦੇ 'ਤੇ ਜਾ ਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਲਿਖਣੀ ਮੋਦੀ ਖਿਲਾਫ਼ ਨਾਅਰੇ ਲਿਖਣੇ ਮੋਦੀ ਨੂੰ ਟੈਰਰਿਸਟ ਲਿਖਣਾ ਇਹਨਾਂ ਇਵੈਂਟਸ ਨੂੰ ਆਧਾਰ ਬਣਾ ਕੇ ਖਬਰਾਂ ਛਾਲੀਆਂ ਗਈਆਂ ਜਿਹਦਾ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਨੇ ਉਹ ਅਟੈਕ ਕਰ ਰਹੇ ਆ ਹਿੰਦੂ ਜਿਹੜੇ ਆ ਅੰਡਰ ਥਰੈਟ ਨੇ ਸਿੱਖਾਂ ਤੋਂ ਇਹ ਕਹਿ ਕੀ ਰਹੇ ਆ ਮਤਲਬ ਕਿ ਜਿਹੜੀ US ਦੀ ਗਵਰਨਮੈਂਟ ਆ ਉਹ ਜਿਹੜੇ ਸਿੱਖ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੇ ਵੀ ਸਿੱਖਾਂ ਦੇ ਉੱਤੇ ਕਿਉਂ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਤੁਹਾਡੇ ਉੱਤੇ ਲਿਖਿਆ ਹੈ ਉਹਦੇ 'ਤੇ ਕਾਰਵਾਈ ਹੋਵੇ ਅਤੇ ਉਹਦੀ ਤੁਸੀਂ ਜਨਤਕ ਕਰੋ ਉਹਦੀ ਪਛਾਣ ਸਾਹਮਣੇ ਲੈ ਕੇ ਆਓ ਸਿੱਖ ਔਰਗਨਾਈਜੇਸ਼ਨ ਤਾਂ ਆਪ ਕਹਿ ਰਹੀਆਂ ਨੇ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਕੰਡੈਮ ਕਰ ਰਹੀਆਂ ਨੇ ਇਹਨਾਂ ਇੰਸੀਡੈਂਟਸ ਨੂੰ ਪਰ ਇੰਡੀਅਨ ਮੀਡੀਆ ਅਤੇ ਆ ਹਿੰਦੂ ਅਮੈਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ RSS ਐਫੀਲੀਏਟ ਔਰਗਨਾਈਜੇਸ਼ਨਸ ਨੇ ਉਹ ਸਾਰੀਆਂ ਹੀ ਮਤਲਬ ਇਹ ਜਿਹੜੀਆਂ ਇੱਕ ਸਿਰਫ ਨਾਰੇ ਲਿਖਣ ਵਾਲੀਆਂ ਇੱਕ ਦੋ ਬੰਦਿਆਂ ਦੀਆਂ ਜਾਂ ਉਹਨਾਂ ਦੀ ਕਿਸੇ ਬੰਦੇ ਦੀਆਂ ਕੀਤੀਆਂ ਕਾਰਵਾਈਆਂ ਨੇ ਉਹਦੇ ਵਿੱਚ ਜਿਹੜੀ ਵੈਰੀਫਿਕੇਸ਼ਨ ਆ ਉਹ ਇੱਕ ਪੂਰੀ ਕਮਿਊਨਿਟੀ ਦੀ ਕਰ ਰਹੀਆਂ ਆ ਆਸਟ੍ਰੇਲੀਆ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜੀਆਂ ਮੰਦਰ ਦੀਆਂ ਔਰਗਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੀ CCTV ਫੁਟੇਜ ਆ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਵੀ ਸਾਹਮਣੇ ਆਇਆ ਸੀ ਕਿ ਕੋਈ ਜਿਹੜੇ ਹਿੰਦੂ ਨੌਜਵਾਨ ਸੀ ਉਹੀ ਗੱਡੀ ਦੇ ਵਿੱਚ ਉੱਥੇ ਨਜ਼ਰ ਆਏ ਸੀ ਜਿਹਨਾਂ ਜਦੋਂ ਇਹ ਸਾਰਾ ਕੁਛ ਲਿਖਿਆ ਗਿਆ ਸੀ ਉਹਦੇ ਨੇੜਲੇ ਸਮੇਂ ਦੇ ਵਿੱਚ ਅੰਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਥਿੰਕ $10,000 ਦਾ ਸ਼ਾਇਦ ਇਨਾਮ ਰੱਖਿਆ ਸੀ ਵੀ ਜਿਹੜਾ ਵੀ ਬੰਦਾ ਕੋਈ ਇਹਦੇ ਬਾਰੇ ਜਾਣਕਾਰੀ ਕੋਈ CCTV ਫੁਟੇਜ ਕੁਛ ਵੀ ਸਾਹਮਣੇ ਲਿਆਊਗਾ ਜਿਹੜੇ ਦੋਸ਼ੀ ਆ ਉਹਨਾਂ ਦੀ ਪਛਾਣ ਜਨਤਕ ਕਰੂੰਗਾ ਅਸੀਂ ਉਹਨੂੰ $10,000 ਦੇਵਾਂਗੇ ਪਛਾਣ ਕੌਣ ਜਨਤਕ ਕਰੇ ਹੁਣ ਜਿੱਥੇ ਜਿਹੜੇ ਕੈਮਰੇ ਆ ਉਹ ਮੰਦਰ ਦੀ ਜਿਹੜੀ ਔਰਗਨਾਈਜੇਸ਼ਨ ਆ ਪ੍ਰਬੰਧਕ ਨੇ ਉਹਨਾਂ ਦੇ ਕੰਟਰੋਲ 'ਚ ਆ ਇੱਕ ਕਰੈਕਟਰ ਅਸੈਸੀਨੇਸ਼ਨ ਆ ਵੀ ਸਿੱਖਾਂ ਨੂੰ ਹਮਲਾਵਰ ਕਮਿਊਨਿਟੀ ਵਜੋਂ ਪੇਸ਼ ਕਰਨ ਦੀ ਉਹਨਾਂ ਦੀ ਇਹ ਕੋਸ਼ਿਸ਼ ਆ ਜੀ ਵੀ ਤਾਂ ਕਿ ਜਦੋਂ ਕੱਲ੍ਹ ਨੂੰ ਸਿੱਖਾਂ ਦੇ ਉੱਤੇ ਉਹ ਅਸੋਲਟ ਕਰਨ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਉਹ ਮਤਲਬ ਉਹਨੂੰ ਇੱਕ ਜਸਟੀਫਿਕੇਸ਼ਨ ਮਿਲੇ ਵੈਸਟਰਨ ਸੁਸਾਇਟੀ 'ਚ ਵੀ ਸਿੱਖ ਤਾਂ ਜਿਹੜੇ ਦੇਖੋ ਇਹ ਤਾਂ ਹੈ ਇਹੋ ਜਿਹੇ ਸ਼ਰਾਰਤੀ ਤੱਤ ਜਿਹੇ ਆ ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਹੁਣ ਅਸੀਂ ਗੱਲ ਕਰਾਂਗੇ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਪਿਛਲੇ ਸਾਰੇ ਸਮੇਂ ਦੇ ਵਿੱਚ ਜਦੋਂ ਅਸੀਂ ਕੈਨੇਡਾ ਦੇ ਵਿੱਚ ਰੈਫਰੈਂਡਮ ਹੋਇਆ ਆਸਟ੍ਰੇਲੀਆ ਦੇ ਵਿੱਚ ਜਾ ਕੇ ਹੋਇਆ ਪਹਿਲਾਂ ਕੈਨੇਡਾ ਦੇ ਵਿੱਚੋਂ ਖਬਰਾਂ ਆਈਆਂ ਕਿ ਜੀ ਉੱਥੇ ਜਿਹੜੀ ਹਿੰਦੂ ਟੈਂਪਲਸ ਹੈਗੇ ਆ ਉਹਨਾਂ ਦੀ ਵੈਂਡਲਾਈਜੇਸ਼ਨ ਹੋਈ ਹੈ ਅਤੇ ਫਿਰ ਆਸਟ੍ਰੇਲੀਆ ਦੇ ਵਿੱਚੋਂ ਵੀ ਇਸ ਕਿਸਮ ਦੀਆਂ ਖਬਰਾਂ ਆਈਆਂ ਅਤੇ ਅੱਜ ਹੁਣ ਮਤਲਬ ਅਸੀਂ ਜਦੋਂ ਗੱਲ ਕਰ ਰਹੇ ਹਾਂ ਇਸ ਵੀਕਐਂਡ ਦੇ ਉੱਤੇ ਫਰਾਈਡੇ ਵਾਲੇ ਦਿਨ ਲੰਘਿਆ ਜਿਹੜਾ ਸ਼ੁੱਕਰਵਾਰ ਸੀ ਉਦਣ ਦੀ ਖਬਰ ਜਿਹੜੀ ਹੈ ਇੱਕ ਮੇਜਰ ਖਬਰ ਬਣ ਕੇ ਹੁਣ ਪਿਛਲੇ 2-3 ਦਿਨਾਂ ਤੋਂ ਘੁੰਮ ਰਹੀ ਹੈ ਕਿ ਜੀ ਅਸੀਂ ਇੱਥੇ ਜਿਹੜਾ ਸੈਨ ਹੋਜ਼ੇ ਦੇ ਵਿੱਚ ਸਵਾਮੀ ਨਾਰਾਇਣ ਟੈਂਪਲ ਹੈ ਉਹਨੂੰ ਵੈਂਡਲਾਈਜ਼ ਕੀਤਾ ਗਿਆ ਆ ਉੱਥੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਨੇ ਉੱਥੇ ਇਸ ਕਿਸਮ ਦਾ ਜਿਹੜਾ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਮੀਡੀਆ ਦੇ ਵਿੱਚ ਉਹਦੀਆਂ ਪਿਕਚਰਸ ਵੀ ਆਈਆਂ ਨੇ ਵੈਂਡਲਾਈਜੇਸ਼ਨ ਦੀਆਂ ਜੋ ਉੱਥੇ ਸਾਈਨ ਬੋਰਡ ਦੇ ਉੱਤੇ ਲਿਖਿਆ ਗਿਆ ਜਾਂ ਕੰਧ ਦੇ ਉੱਤੇ ਲਿਖਿਆ ਗਿਆ ਉੱਥੇ ਮਤਲਬ ਇਹ ਹੁਣ ਇੱਕ ਪਾਰਟ ਹੈ ਜਿਹਨੂੰ ਇੱਥੇ ਦੀਆਂ ਅਥਾਰਟੀਜ਼ ਨੇ ਦੇਖਣਾ ਕਿ ਇਹ ਜਿਹੜੀ ਵੈਂਡਲਾਈਜੇਸ਼ਨ ਹੈ ਕਿਵੇਂ ਹੋਈ ਹੈ ਜਾਂ ਕਿਉਂ ਹੋਈ ਹੈ ਪਰ ਸਿੱਧਾ ਸਿੱਧਾ ਜੋ ਮੀਡੀਆ ਦੇ ਵਿੱਚ ਇਸ ਵਕਤ ਪ੍ਰਚਾਰਿਆ ਜਾ ਰਿਹਾ ਖਾਸ ਤੌਰ 'ਤੇ ਜਿਹੜਾ ਇੰਡੀਅਨ ਮੀਡੀਆ ਉਹ ਇਹਨੂੰ ਸਿੱਧਾ ਖਾਲਿਸਤਾਨੀ ਆਊਟਫਿਟਸ ਦੇ ਨਾਲ ਜੋੜਦਾ ਇਹ ਕਹਿ ਰਿਹਾ ਕਿ ਜੀ ਇੱਥੇ ਹੁਣ ਰੈਫਰੈਂਡਮ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ ਪਹਿਲਾਂ ਕੈਨੇਡਾ ਦੇ ਵਿੱਚ ਜ਼ਿਆਦਾ ਜ਼ੋਰ ਸ਼ੋਰ ਨਾਲ ਹੋ ਰਹੀ ਸੀ ਅਤੇ ਹੁਣ ਅਮਰੀਕਾ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਉਹਦਾ ਸਿੱਧਾ ਸਿੱਧਾ ਜਿਹਾ ਬੇਸਿਕ ਮਤਲਬ ਜਿਹੜਾ ਆ ਉਹ ਰੈਫਰੈਂਡਮ ਦੀ ਕੈਂਪੇਨ ਨੂੰ ਟਾਰਗੇਟ ਕਰਦਿਆਂ ਜਿਹੜਾ ਰੈਫਰੈਂਡਮ ਹੋਣਾ ਆਉਂਦੀ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਉਹਦੇ ਉੱਤੇ ਉਹ ਹੈ ਜਿਹੜੀ ਸਿੱਧੀ ਗੱਲ ਹੈਗੀ ਹੈ ਸੋ ਇਹ ਸੈਨ ਹੋਜ਼ੇ ਦੇ ਵਿੱਚ ਜਿਹੜੀ ਘਟਨਾ ਇਹਨੂੰ ਅਸੀਂ ਮੁੱਖ ਰੱਖਦੇ ਹਾਂ ਅੱਜ ਅਸੀਂ ਇਸ ਦੇ ਉੱਤੇ ਹੁਣ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਦੂਜੇ ਟੌਪਿਕ ਦੇ ਵਜੋਂ ਦੂਜੇ ਸੈਗਮੈਂਟ ਦੇ ਵਿੱਚ ਸੁਖਵਿੰਦਰ ਸਿੰਘ ਜੀ ਜੇ ਇਹਨੂੰ ਦੇਖਿਆ ਜਾਵੇ ਤਾਂ ਕਿਵੇਂ ਮਤਲਬ ਸਮਝੀਏ ਪਹਿਲਾਂ ਤਾਂ ਨਾਲੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਡੀਟੇਲਸ ਮੀਡੀਆ ਦੇ ਵਿੱਚ ਆਈਆਂ ਨੇ ਵੀ ਐਗਜ਼ੈਕਟਲੀ ਹੋਇਆ ਕੀ ਹੈ ਉਹਦੇ 'ਤੇ ਵੀ ਨਜ਼ਰਸਾਨੀ ਕਰੀਏ ਅਤੇ ਨਾਲ ਹੀ ਨਾਲ ਫਿਰ ਇਹਦੇ ਜਿਹੜੇ ਬਿਹਾਈਂਡ ਜਾਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ
ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਕੋਈ ਨਵੀਂ ਖਬਰ ਤਾਂ ਰਹੀ ਨਹੀਂ, ਇਹ ਹੁਣ ਆਮ ਖਬਰ ਬਣ ਗਈ ਆ ਵੀ ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਆ, US ਤੇ ਕੈਨੇਡਾ, ਤੇ ਦੂਜੀ ਗੱਲ ਇਹ ਵੀ ਜਿੱਥੇ ਜਿੱਥੇ ਰੈਫਰੈਂਡਮ ਦੀਆਂ ਕੈਂਪੇਨਸ ਚੱਲ ਰਹੀਆਂ ਸੀ ਉੱਥੇ ਨਾਲ ਇੰਡੀਅਨ ਮੀਡੀਆ ਦੇ ਵਿੱਚ ਇੱਕ ਇਹਨਾਂ ਇਵੈਂਟਸ ਨੂੰ ਆਧਾਰ ਬਣਾ ਕੇ ਖਬਰਾਂ ਛਾਲੀਆਂ ਗਈਆਂ, ਜਿਹਦਾ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਨੇ ਉਹ ਅਟੈਕ ਕਰ ਰਹੇ ਆ, ਹਿੰਦੂ ਜਿਹੜੇ ਆ ਅੰਡਰ ਥਰੈਟ ਨੇ ਸਿੱਖਾਂ ਤੋਂ। ਤੇ ਉਹ ਘਟਨਾਵਾਂ ਕੀ ਆ ਵੀ ਕਿਸੇ ਹਿੰਦੂ ਮੰਦਿਰ ਦੇ ਜਿਹੜੇ ਬੋਰਡ ਨੇ ਜਾਂ ਉਹਦੀ ਕੰਧ ਆ ਉਹਦੇ 'ਤੇ ਜਾ ਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਲਿਖਣੀ, ਮੋਦੀ ਖਿਲਾਫ਼ ਨਾਅਰੇ ਲਿਖਣੇ, ਮੋਦੀ ਨੂੰ ਟੈਰਰਿਸਟ ਲਿਖਣਾ, ਇਸ ਤਰ੍ਹਾਂ ਦੀ ਜਿਹੜੀ ਆ ਸੇਮ ਪੈਟਰਨ ਅਸੀਂ ਸਭ ਥਾਵਾਂ 'ਤੇ ਦੇਖਿਆ ਆ। ਜੀ, ਜਿਹੜੀ ਹੁਣ ਤਾਜ਼ਾ ਘਟਨਾ ਆ ਇਹ ਸਵਾਮੀ ਨਾਰਾਇਣ ਮੰਦਿਰ ਵਾਸਨਾ ਸੰਸਥਾ ਆ ਨਿਊ ਕੈਲੀਫੋਰਨੀਆ ਦੇ ਵਿੱਚ, ਤੇ ਜਿੱਥੇ ਅਸੀਂ ਦੇਖਿਆ ਵੀ ਤੁਸੀਂ ਦੱਸਿਆ ਜਿਵੇਂ ਕਿ ਖਾਲਿਸਤਾਨ ਦਾ ਜਿਹੜੀ ਰੈਫਰੈਂਡਮ ਕੈਂਪੇਨ ਆ ਉਹਦੇ ਉਹਦੀਆਂ ਵੋਟਿੰਗਸ ਹੋਣੀਆਂ ਨੇ, ਉਹਦੀਆਂ ਵੋਟਾਂ ਪੈਣੀਆਂ ਨੇ ਜਨਵਰੀ ਦੇ ਵਿੱਚ, ਤੇ ਉਹ ਤੋਂ ਪਹਿਲਾਂ ਮਤਲਬ ਇਹ ਹੁਣ ਸਾਰੇ ਇੰਡੀਅਨ ਮੀਡੀਆ ਜਿਹੜਾ ਆ ਉਹਦਾ ਅੱਜ ਮਤਲਬ ਹਰ ਇੰਡੀਅਨ ਨਿਊਜ਼ ਪੇਪਰ, ਹਰ ਇੰਡੀਅਨ ਮੀਡੀਆ ਆਊਟਲੈਟ ਦੇ ਉੱਤੇ ਖਬਰ ਲੱਗੀ ਆ, ਤੇ ਜਿਹਦੇ ਵਿੱਚ ਕੋਈ ਹਜੇ ਇਨਵੈਸਟੀਗੇਸ਼ਨ 'ਚ ਇਹ ਕਲੀਅਰ ਨਹੀਂ ਹੋਇਆ ਵੀ ਇਹ ਕਿਹਨੇ ਲਿਖਿਆ ਆ ਜਾਂ ਕਿਹਦੀ ਇਹ ਕਾਰਵਾਈ ਆ, ਪਰ ਉਹਨਾਂ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਸਿੱਧਾ ਹੀ ਕਹਿੰਦੇ ਆ ਵੀ ਜਿਹੜਾ ਸਾਕ ਆ ਉਹ ਸਿੱਖਾਂ ਨੂੰ ਹੀ ਕਰਨਾ ਹੁੰਦਾ ਆ, ਤੇ ਉਹਨਾਂ ਨੇ ਕੀਤਾ ਆ ਸਾਰੇ ਇੰਡੀਅਨ ਮੀਡੀਆ ਨੇ ਵੀ ਹਿੰਦੂਆਂ ਦੇ ਜਿਹੜੇ ਟੈਂਪਲ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਜੀ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਲਿਖੀ ਆ, ਪਰ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਦੇ ਵਿੱਚ ਆਸਟ੍ਰੇਲੀਆ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜੀਆਂ ਮੰਦਰ ਦੀਆਂ ਔਰਗਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੀ CCTV ਫੁਟੇਜ ਆ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਸਾਹਮਣੇ ਆਇਆ ਸੀ ਕਿ ਕੋਈ ਜਿਹੜੇ ਹਿੰਦੂ ਨੌਜਵਾਨ ਸੀ ਉਹੀ ਗੱਡੀ ਦੇ ਵਿੱਚ ਉੱਥੇ ਨਜ਼ਰ ਆਏ ਸੀ, ਜਿਹਨਾਂ ਜਦੋਂ ਇਹ ਸਾਰਾ ਕੁਛ ਲਿਖਿਆ ਗਿਆ ਸੀ ਉਹਦੇ ਨੇੜਲੇ ਸਮੇਂ ਦੇ ਵਿੱਚ, ਤੇ ਉਹ ਇਨਵੈਸਟੀਗੇਸ਼ਨ ਉੱਥੇ ਬੰਦ ਹੋ ਗਈ, ਤੇ ਜਿਹੜੀਆਂ ਮੰਦਰ ਦੀ ਔਰਗਨਾਈਜੇਸ਼ਨ ਸੀ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜਾ ਕੈਨੇਡਾ ਦੇ ਵਿੱਚ ਅੰਟਾਰੀਓ 'ਚ ਹੋਇਆ ਸੀ ਵੀ ਅੰਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਥਿੰਕ $10,000 ਦਾ ਸ਼ਾਇਦ ਇਨਾਮ ਰੱਖਿਆ ਸੀ ਵੀ ਜਿਹੜਾ ਵੀ ਬੰਦਾ ਕੋਈ ਇਹਦੇ ਬਾਰੇ ਜਾਣਕਾਰੀ, ਕੋਈ CCTV ਫੁਟੇਜ ਕੁਛ ਵੀ ਸਾਹਮਣੇ ਲਿਆਊਗਾ, ਜਿਹੜੇ ਦੋਸ਼ੀ ਆ ਉਹਨਾਂ ਦੀ ਪਛਾਣ ਜਨਤਕ ਕਰੂੰਗਾ, ਅਸੀਂ ਉਹਨੂੰ $10,000 ਦੇਵਾਂਗੇ। ਪਛਾਣ ਕੌਣ ਜਨਤਕ ਕਰੇ? ਹੁਣ ਜਿੱਥੇ ਜਿਹੜੇ ਕੈਮਰੇ ਆ ਉਹ ਮੰਦਿਰ ਦੀ ਜਿਹੜੀ ਔਰਗਨਾਈਜੇਸ਼ਨ ਆ ਪ੍ਰਬੰਧਕ ਨੇ ਉਹਨਾਂ ਦੇ ਕੰਟਰੋਲ 'ਚ ਆ, ਤੇ ਉਹ ਕੈਮਰੇ ਜਦੋਂ ਇਹ ਲਿਖਿਆ ਜਾਂਦਾ ਤਾਂ ਉਦੋਂ ਕੈਮਰੇ ਬੰਦ ਹੁੰਦੇ ਆ ਲਗਭਗ ਸਭ ਥਾਵਾਂ 'ਤੇ, ਕਈ ਕੈਮਰੇ ਚੱਲਦੇ ਨਹੀਂ ਸੀ, ਤੇ ਜਿਹਦੇ ਕਰਕੇ ਮਤਲਬ ਅੱਜ ਤੱਕ ਜਿੰਨੀਆਂ ਵੀ ਥਾਵਾਂ ਦੇ ਉੱਤੇ ਹੋਇਆ ਕਿਤੇ ਵੀ ਕੋਈ ਜਿਹੜਾ ਬੰਦਾ ਆ ਉਹਦੀ ਪਛਾਣ ਨਹੀਂ ਸਾਹਮਣੇ ਆਈ। ਤੇ ਸਿੱਖ ਔਰਗਨਾਈਜੇਸ਼ਨਸ ਇਹੀ ਕਹਿੰਦੀਆਂ ਨੇ ਕਿ ਇਹ ਉਸੇ ਤਰ੍ਹਾਂ ਦਾ ਮਤਲਬ ਇਹ ਕੋਈ ਪਹਿਲੀ ਵਾਰ ਨਹੀਂ, ਜਦੋਂ 80s ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਜਿਹੜੇ ਆਪਣੇ ਰਾਈਟਸ ਦੇ ਲਈ ਪੋਲੀਟੀਕਲ ਮੋਬਲਾਈਜੇਸ਼ਨ ਕਰ ਰਹੇ ਸੀ ਤਾਂ ਉਦੋਂ ਇੰਡੀਅਨ ਸਟੇਟ ਨੇ ਮਤਲਬ ਜਿਹੜੀ ਉਹ ਸਾਰੀ ਸਿੱਖਾਂ ਦੀ ਮਤਲਬ ਆਪਣੇ ਹੱਕਾਂ ਦੀ ਲੜਾਈ ਸੀ ਉਹਨੂੰ ਸਿੱਖ ਵਰਸਿਸ ਹਿੰਦੂ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਰਿਲੀਜੀਅਸ ਕਲੈਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬਣਾਇਆ ਵੀ। ਕਈ ਥਾਵਾਂ ਦੇ ਉੱਤੇ ਪ੍ਰੂਫ ਹੋ ਚੁੱਕਿਆ ਕਿ ਇੰਡੀਅਨ ਸਟੇਟ ਦੇ ਜਿਹੜੇ ਆਪਣੇ ਕੈਡ ਸੀ ਉਹਨਾਂ ਨੇ ਹਿੰਦੂਆਂ ਨੂੰ ਬੱਸਾਂ 'ਚੋਂ ਲਾ ਕੇ ਮਾਰਿਆ ਵੀ, ਇਹ ਗੱਲ ਅਸਟੈਬਲਿਸ਼ ਕਰਨ ਨੂੰ ਕਿ ਜਿਹੜਾ ਹਿੰਦੂ ਖਤਰੇ 'ਚ ਆ ਵੀ, ਜਿਹਦੇ ਬੇਸਿਸ ਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਜਿਹੜਾ ਆ ਸਾਰੀਆਂ ਜੋ ਜ਼ੁਲਮ ਹੋਏ ਆ ਸਟੇਟ ਦੇ ਉਹਨਾਂ ਨੂੰ ਜਸਟੀਫਾਈ ਕੀਤਾ ਗਿਆ ਇਸ ਬੇਸਿਸ ਦੇ ਉੱਤੇ ਕਿ ਅਸੀਂ ਜੀ ਹਿੰਦੂਆਂ ਦੀ ਜਿਹੜੀ ਰਾਖੀ ਵਾਸਤੇ ਸਟੇਟ ਨੂੰ ਇਹ ਮਈਅਰਸ ਲੈਣੇ ਪਏ। ਤੇ ਹੁਣ ਜੋ ਇਹਨਾਂ ਮੁਲਕਾਂ ਦੇ ਵਿੱਚ ਹੋ ਰਿਹਾ ਉੱਥੇ ਵੀ ਤੁਸੀਂ ਦੇਖੋ ਵੀ ਜਿਹੜੇ ਇਹ ਸਾਰੀਆਂ ਔਰਗਨਾਈਜੇਸ਼ਨਸ ਨੇ ਆ ਹੁਣ US ਦੇ ਵਿੱਚ ਜਿਹੜੀ ਇਹਨੂੰ ਲੀਡ ਕਰ ਰਹੀ ਹੈ ਸਾਰੀ ਕੈਂਪੇਨ ਨੂੰ, ਐਂਟੀ ਸਿੱਖ ਕੈਂਪੇਨ ਨੂੰ ਔਰਗਨਾਈਜੇਸ਼ਨ, ਉਹ ਹੈਗੀ ਆ ਹਿੰਦੂ ਅਮੈਰੀਕਨ ਫਾਊਂਡੇਸ਼ਨ ਜੀ। ਵੀ ਇਹ ਕਹਿ ਕੀ ਰਹੇ ਆ ਮਤਲਬ ਕਿ ਜਿਹੜੀ US ਦੀ ਗਵਰਨਮੈਂਟ ਆ ਉਹ ਜਿਹੜੇ ਸਿੱਖ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੇ ਵੀ ਮਤਲਬ ਉਹਦੇ ਉੱਤੇ ਸਿੱਖਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸਾਰਾ ਇਹੀ ਨੈਰੇਟਿਵ ਇਹਨਾਂ ਖ਼ਬਰਾਂ ਦੇ ਵਿੱਚ, ਇਹਨਾਂ ਦੀਆਂ ਸਟੇਟਮੈਂਟਸ ਦੇ ਵਿੱਚ ਸਾਹਮਣੇ ਆਇਆ ਵੀ ਸਿੱਖਾਂ ਦੇ ਉੱਤੇ ਕਿਉਂ ਕਾਰਵਾਈ ਹੋਵੇ? ਜਿਹੜੇ ਬੰਦੇ ਨੇ ਤੁਹਾਡੇ ਉੱਤੇ ਲਿਖਿਆ ਹੈ ਉਹਦੇ 'ਤੇ ਕਾਰਵਾਈ ਹੋਵੇ ਅਤੇ ਉਹਦੀ ਤੁਸੀਂ ਜਨਤਕ ਕਰੋ, ਉਹਦੀ ਪਛਾਣ ਸਾਹਮਣੇ ਲੈ ਕੇ ਆਓ। ਤੁਹਾਡੇ ਵੈਸੇ ਹਰ ਖੂੰਜੇ ਦੇ ਉੱਤੇ ਅੱਜ ਕੱਲ੍ਹ CCTV ਕੈਮਰੇ ਲੱਗੇ ਆ ਅਤੇ ਤੁਹਾਡਾ ਜਿਹੜਾ ਆਪਣਾ ਤੁਹਾਡਾ ਹੀ ਚਾਰ ਦੀਵਾਰੀ ਹੈ ਤੁਹਾਡੀ ਮੰਦਿਰ ਦੀ, ਜਿਹੜੀ ਤੁਹਾਡੀਆਂ ਕੰਧਾਂ ਨੇ ਉਹ ਤੁਹਾਡੇ ਕੋਲ ਮਤਲਬ ਤੁਹਾਡੇ ਬੋਰਡ ਦੇ ਉੱਤੇ ਬੰਦਾ ਲਿਖ ਕੇ ਜਾ ਰਿਹਾ ਤੇ ਤੁਹਾਡੇ ਕੋਲ ਕੋਈ ਉਹਦੀ ਮਤਲਬ ਫੁਟੇਜ ਨਹੀਂ ਹੈਗੀ, ਤੁਹਾਡੇ ਕੋਲ ਕਿਸੇ ਬੰਦੇ ਦਾ ਨਾਂ ਨਹੀਂ ਤੁਸੀਂ ਦੱਸ ਰਹੇ ਵੀ ਕਿਸੇ 'ਤੇ ਤੁਹਾਨੂੰ ਸ਼ੱਕ ਆ, ਤੇ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ।
ਤੇ ਤੁਸੀਂ ਗਵਰਨਮੈਂਟ ਤੋਂ ਇਹ ਮੰਗ ਕਰ ਰਹੇ ਹੋ ਵੀ ਅਸੀਂ ਖਤਰੇ ਜਾਂ ਤੇ ਦੇਖੋ ਜੀ ਇਸ ਕਮਿਊਨਿਟੀ ਦੇ ਉੱਤੇ ਕਾਰਵਾਈ ਕਰੋ ਤਾਂ ਇਹ ਉਹੀ ਇਹ ਮਤਲਬ ਇੰਡੀਆ ਦੇ ਵਿੱਚ ਇਹਦੀ ਸ਼ਬਦਾਵਲੀ ਕੁਛ ਵੱਖਰੀ ਹੋ ਸਕਦੀ ਹੈ ਜਦੋਂ 80s ਦੇ ਵਿੱਚ ਅਸੀਂ ਦੇਖਦੇ ਹਾਂ ਪਰ ਹੁਣ ਜਿੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਸਿੱਖ ਆ ਉਹ ਆਪਣੇ ਰਾਈਟਸ ਦੇ ਲਈ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕਦੇ ਆ ਆਪਣੇ ਉੱਤੇ ਹੋਏ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕਦੇ ਆ ਤਾਂ ਉੱਥੇ ਵੀ ਜਿਹੜਾ ਸਿੱਖਾਂ ਦੀ ਉਹ ਸਾਰੀ ਲੜਾਈ ਨੂੰ ਆਪਣੇ ਪੋਲੀਟੀਕਲ ਰਾਈਟਸ ਦੀ ਲੜਾਈ ਨੂੰ ਉਹਨੂੰ ਸਿੱਖ ਵਰਸਿਸ ਹਿੰਦੂ ਕਲੈਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਇਵੈਂਟਸ ਦੇ ਨਾਲ ਤੇ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅੱਜ ਕਲੀਅਰ ਕੱਟ ਸਟੇਟਮੈਂਟ ਇਹ ਸਾਰੇ ਮਸਲੇ ਤੇ ਦਿੱਤੀ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਅਸੀਂ ਉਹਨਾਂ ਨੂੰ ਪੂਰਾ ਕੋਆਪਰੇਟ ਕਰਨ ਨੂੰ ਤਿਆਰ ਹਾਂ ਤੇ ਅਸੀਂ ਸੁਸਾਇਟੀ ਨੂੰ ਵੀ ਅਪੀਲ ਕਰਦੇ ਹਾਂ ਵੀ ਇਸ ਘਟਨਾ ਦੇ ਨਾਲ ਜੁੜਿਆ ਕੋਈ ਵੀ ਬੰਦਾ ਹੋਵੇ ਵੀ ਉਹਦੀ ਜੇ ਕਿਸੇ ਨੂੰ ਕੋਈ ਪਛਾਣ ਪਤਾ ਹੋਵੇ ਤਾਂ ਉਹ ਪਛਾਣ ਜਿਹੜੀ ਆ ਉਹ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਉੱਥੋਂ ਦੀ ਪੁਲਿਸ ਜਿਹੜੇ ਜਿਹੜਾ ਸਿਸਟਮ ਆ ਉਹਨੂੰ ਦਿੱਤੀ ਜਾਵੇ ਤਾਂ ਸਿੱਖ ਆਰਗਨਾਈਜੇਸ਼ਨ ਤਾਂ ਆਪ ਕਹਿ ਰਹੀਆਂ ਨੇ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਕੰਡੈਮ ਕਰ ਰਹੀਆਂ ਨੇ ਇਹਨਾਂ ਇੰਸੀਡੈਂਟਸ ਨੂੰ ਪਰ ਇੰਡੀਅਨ ਮੀਡੀਆ ਤੇ ਆ ਹਿੰਦੂ ਅਮੈਰੀਕਨ ਫਾਊਂਡੇਸ਼ਨ ਵਰਗੇ ਜਿਹੜੀਆਂ RSS ਐਫੀਲੀਏਟ ਆਰਗਨਾਈਜੇਸ਼ਨਸ ਨੇ ਉਹ ਸਾਰੀਆਂ ਹੀ ਮਤਲਬ ਇਹ ਜਿਹੜੀਆਂ ਇੱਕ ਸਿਰਫ ਨਾਰੇ ਲਿਖਣ ਵਾਲੀਆਂ ਇੱਕ ਦੋ ਬੰਦਿਆਂ ਦੀਆਂ ਜਾਂ ਉਹਨਾਂ ਦੀ ਕਿਸੇ ਬੰਦੇ ਦੀਆਂ ਕੀਤੀਆਂ ਕਾਰਵਾਈਆਂ ਨੇ ਉਹਦੇ ਵਿੱਚ ਜਿਹੜੀ ਵਿਲੀਫਿਕੇਸ਼ਨ ਆ ਉਹ ਇੱਕ ਪੂਰੀ ਕਮਿਊਨਿਟੀ ਦੀ ਕਰ ਰਹੀਆਂ ਆ ਕਿ ਮਤਲਬ ਸਿੱਖਾਂ ਨੂੰ ਇੱਕ ਪੂਰੀ ਕਮਿਊਨਿਟੀ ਨੂੰ ਦੋਸ਼ੀ ਬਣਾ ਰਹੀਆਂ ਤੇ ਦੂਜੇ ਪਾਸੇ ਇਹਨਾਂ ਦੀ ਆਰਗਨਾਈਜੇਸ਼ਨ ਨੇ ਦੇਖਿਆ ਗਿਆ ਪਿਛਲੇ ਦਿਨ ਕੈਨੇਡਾ ਦੇ ਵਿੱਚ ਮਤਲਬ ਜਿਹੜੀ ਹਮੇਸ਼ਾ ਸਿੱਖਾਂ ਦੇ ਖਿਲਾਫ਼ ਨਫ਼ਰਤ ਭਰਦੇ ਰਹਿੰਦੇ ਆ ਜਿਹੜੀਆਂ ਆਰਗਨਾਈਜੇਸ਼ਨ ਨੇ ਇੱਥੋਂ ਦੀਆਂ ਤੇ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਕੁਛ ਪੱਗਾਂ ਵਾਲੇ ਵੀ ਉਸ ਪ੍ਰੋਗਰਾਮ 'ਚ ਸਾਨੂੰ ਦੇਖ ਸਕਦੇ ਆ ਬੈਠੇ ਉਹਨਾਂ ਦੀਆਂ ਫੋਟੋਆਂ 'ਚ ਤੇ ਉਹ ਉੱਥੇ ਕਹਿ ਰਹੇ ਹੈ ਜੀ ਜਿਹੜਾ ਮਤਲਬ ਉਹਨਾਂ ਦਾ ਨੈਰੇਟਿਵ ਕੀ ਆ ਦੇਖੋ ਜੀ ਜਿਹੜਾ ਗੁਰੂ ਸਾਹਿਬ ਨੇ ਸਨਾਤਨ ਧਰਮ ਦੀ ਰਾਖੀ ਵਾਸਤੇ ਜਿਹੜੀਆਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਸਨਾਤਨ ਧਰਮ ਦੀ ਮੁਗਲ ਐਮਪਾਇਰ ਤੋਂ ਰਾਖੀ ਵਾਸਤੇ ਜੀ ਉਹ ਐਡਾ ਖੁੱਲ੍ਹ ਕੇ ਝੂਠ ਬੋਲਦੇ ਆ ਨੰਗੇ ਚਿੱਟੇ ਹੋ ਕੇ ਵੀ ਤੁਸੀਂ ਦੇਖੋ ਵੀ ਉਹ ਜਿਹੜਾ ਹਮਲਾ ਸੀ ਜਿਹੜੀਆਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਉਹਦੀ ਜਿਹੜੀ ਜੜ ਆ ਉਹ ਤਾਂ ਹਿੰਦੂ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਦੇ ਉੱਤੇ ਜਿਹੜਾ ਅਟੈਕ ਆ ਉਹ ਆ ਵੀ ਜਿਹਦੇ ਵਿੱਚ ਹਿੰਦੂ ਪਹਾੜੀ ਰਾਜੇ ਆ ਉਹ ਮੁਗਲ ਐਮਪਾਇਰ ਦੇ ਨਾਲ ਅਲਾਈ ਹੋ ਕੇ ਤੇ ਗੁਰੂ ਸਾਹਿਬ ਦੇ ਉੱਤੇ ਅਟੈਕ ਕਰਦੇ ਆ ਅਨੰਦਪੁਰ ਸਾਹਿਬ ਦੇ ਉੱਤੇ ਜਿਸ ਤੋਂ ਬਾਅਦ ਇਹ ਸਾਰੀਆਂ ਸ਼ਹਾਦਤਾਂ ਹੁੰਦੀਆਂ ਆ ਤੇ ਉਹ ਪਰ ਦੇਖੋ ਅੱਜ ਕਿੱਦਾਂ ਮਤਲਬ ਉਹਨਾਂ ਦੇ ਕੋਲ ਇੱਕ ਮਤਲਬ ਇਹ ਉਹਨਾਂ ਨੂੰ ਇਹ ਆ ਵੀ ਝੂਠ ਬੋਲਣ ਦੇ ਵਿੱਚ ਤਾਂ ਇਹਨਾਂ ਤੋਂ ਵੱਡਾ ਮਤਲਬ ਕੋਈ ਨੀ ਹੋ ਸਕਦਾ ਵੀ ਉਹ ਸ਼ਰੇਆਮ ਕਹਿੰਦੇ ਆ ਜੀ ਦੇਖੋ ਸਨਾਤਨ ਧਰਮ ਦੀ ਰਾਖੀ ਲਈ ਸ਼ਹਾਦਤਾਂ ਹੋਈਆਂ ਹਨਾ ਤੇ ਕੋਈ ਸਿੱਖ ਵੀ ਜਿਹੜੇ ਬੇਸ਼ਰਮ ਆ ਉੱਥੇ ਪੱਗਾਂ ਬੰਨ ਕੇ ਉੱਥੇ ਜਾ ਕੇ ਉਹਨਾਂ ਪ੍ਰੋਗਰਾਮਾਂ 'ਚ ਬੈਠਦੇ ਆ ਤਾਂ ਜਿਹੜੀਆਂ ਇਹ ਇਵੈਂਟਸ ਵੀ ਹੋ ਰਹੀਆਂ ਨੇ ਅਮਰਵੀਰ ਸਿੰਘ ਜੀ ਇਹ ਕਲੀਅਰ ਕੱਟ ਆ ਹਰ ਦੁਨੀਆਂ ਦੇ ਸਿਆਣੇ ਬੰਦੇ ਨੂੰ ਪਤਾ ਆ ਵੀ ਇਹ ਜਿਹੜੇ ਬਲਕਿ ਹਿੰਦੂ ਆਰਗਨਾਈਜੇਸ਼ਨਸ ਜਿਹੜੀਆਂ ਆ ਉਹ ਇੰਡੀਅਨ ਸਟੇਟ ਦੇ ਕਹਿਣ ਦੇ ਉੱਤੇ ਇਹ ਓਪਰੇਸ਼ਨ ਚਲਾ ਰਹੀਆਂ ਨੇ ਐਂਟੀ ਸਿੱਖ ਓਪਰੇਸ਼ਨਸ ਨੇ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਇਹ ਗੱਲ ਅਸਟੈਬਲਿਸ਼ ਕਰਨਾ ਚਾਹੁੰਦੀਆਂ ਆ ਕਿ ਜਿਹੜੀਆਂ ਇਹ ਵੈਸਟਰਨ ਕੰਟਰੀਜ਼ ਨੇ ਉੱਥੇ ਕੋਈ ਲੋਅ ਐਂਡ ਆਰਡਰ ਨਹੀਂ ਆ ਉੱਥੇ ਜਿਹੜਾ ਹਿੰਦੂ ਆ ਅੰਡਰ ਥਰੈਟ ਆ ਅਤੇ ਜਿਹੜੀ ਸਿੱਖ ਕਮਿਊਨਿਟੀ ਆ ਉਹ ਇੱਕ ਮਤਲਬ ਤੁਸੀਂ ਕਹਿ ਲਓ ਵੀ ਇੱਕ ਕਰੈਕਟਰ ਅਸੈਸੀਨੇਸ਼ਨ ਆ ਵੀ ਸਿੱਖਾਂ ਨੂੰ ਹਮਲਾਵਰ ਕਮਿਊਨਿਟੀ ਵਜੋਂ ਪੇਸ਼ ਕਰਨ ਦੀ ਉਹਨਾਂ ਦੀ ਇਹ ਕੋਸ਼ਿਸ਼ ਆ ਜੀ ਵੀ ਤਾਂ ਕਿ ਜਦੋਂ ਕੱਲ੍ਹ ਨੂੰ ਸਿੱਖਾਂ ਦੇ ਉੱਤੇ ਉਹ ਅਸੋਲਟ ਕਰਨ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਉਹ ਮਤਲਬ ਉਹਨੂੰ ਇੱਕ ਜਸਟੀਫਿਕੇਸ਼ਨ ਮਿਲੇ ਵੈਸਟਰਨ ਸੋਸਾਇਟੀ 'ਚ ਵੀ ਸਿੱਖ ਤਾਂ ਜਿਹੜੇ ਦੇਖੋ ਇਹ ਤਾਂ ਹੈ ਇਹੋ ਜਿਹੇ ਸ਼ਰਾਰਤੀ ਤੱਤ ਜਿਹੇ ਆ ਵੀ ਇਹ ਕੋਈ ਮਤਲਬ ਅਸੀਂ ਕਹੀਏ ਵੀ ਲੋ ਦੇ ਮੁਤਾਬਕ ਰਹਿਣ ਵਾਲੇ ਲੋਕ ਨਹੀਂ ਆ ਵੀ ਇਹ ਸ਼ਰਾਰਤੀ ਰੈਡੀਕਲ ਜੇ ਲੋਕ ਆ ਤੇ ਇਹਨਾਂ ਨੂੰ ਮਤਲਬ ਇਹਨਾਂ ਦੇ ਉੱਤੇ ਸਖ਼ਤੀ ਵਰਤਣੀ ਜਿਹੜੀ ਆ ਉਹ ਜਾਇਜ਼ ਆ ਤਾਂ ਉਹ ਤੋਂ ਪਹਿਲਾਂ ਇਹ ਸਾਰੇ 80s ਦੇ ਵਿੱਚ ਵੀ ਇਹਨਾਂ ਨੇ ਇਹੋ ਜਿਹਾ ਨੈਰੇਟਿਵ ਅਸਟੈਬਲਿਸ਼ ਕੀਤਾ ਤੇ ਹੁਣ ਵੀ ਜਿਹੜਾ ਆ ਕਿਉਂਕਿ ਹੁਣ ਗੱਲ ਵੈਸਟਰਨ ਕੰਟਰੀਜ਼ ਤੱਕ ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਅਸੀਂ ਪਹਿਲਾਂ ਇੰਨੇ ਔਰਗਨਾਈਜ਼ ਨਹੀਂ ਸੀ ਜਾਂ ਇੰਨੇ ਸਟਰੋਂਗ ਨਹੀਂ ਸੀ ਇਹਨਾਂ ਕੰਟਰੀਜ਼ ਦੇ ਵਿੱਚ ਅੱਜ ਅਸੀਂ ਸਟਰੋਂਗ ਆ ਤਾਂ ਹੁਣ ਉੱਥੇ ਇਹ ਤੁਹਾਨੂੰ ਤੁਹਾਡੀ ਕਰੈਕਟਰ ਅਸੈਸੀਨੇਸ਼ਨ ਆ ਜਿਹੜੀ ਉਹ ਇਸ ਤਰ੍ਹਾਂ ਦੇ ਨੈਰੇਟਿਵ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਲੱਗਦਾ ਨਹੀਂ ਵੀ ਇਸ ਵਾਰ ਇਹ ਇਹਨਾਂ ਗੱਲਾਂ 'ਚ ਕਾਮਯਾਬ ਹੋ ਸਕਣਗੇ ਤਾਂ ਸਿੱਖ ਜਿਹੜਾ ਜੀ ਐਜ਼ ਆ ਕਮਿਊਨਿਟੀ ਜਿਹੜੇ ਆ ਉਹ ਇਸ ਵਾਰ ਚੇਤਾਨੇ ਬਹੁਤ ਤੇ ਉਹਨਾਂ ਦੀ ਜਿਹੜੀ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਤਾਲਮੇਲ ਆ ਵੈਸਟਰਨ ਸੋਸਾਇਟੀ ਦੇ ਨਾਲ ਉਹ ਇੰਡੀਅਨ ਜਿਹੜੇ ਸਟੂਜਿਸ ਨੇ ਇਹਨਾਂ ਨਾਲੋਂ ਵੱਧ ਆ ਤੇ ਉਹਦੇ ਚੱਲਦੇ ਮਤਲਬ ਇਹ ਜਿਹੜੀ ਇਹਨਾਂ ਦੀ ਸਟ੍ਰੈਟਜੀਜ਼ ਨੇ ਮੈਨੂੰ ਨਹੀਂ ਲੱਗਦਾ ਵੀ ਉਹ ਕਰ ਉਹੀ ਰਹੇ ਆ ਜੋ ਇਹਨਾਂ ਦਾ ਆਲਰੇਡੀ ਤਰੀਕਾ ਹੈਗਾ ਪਰ ਉਹ ਕਾਮਯਾਬ ਨਹੀਂ ਹੋਣਗੇ ਬਿਲਕੁਲ ਨਹੀਂ ਇੱਥੇ ਬਿਲਕੁਲ ਇਹ ਗੱਲਾਂ ਜਿਹੜੀਆਂ ਨੇ ਉਹ ਸਮਝਣ ਵਾਲੀਆਂ ਨੇ ਐਜ਼ ਅ ਕਮਿਊਨਿਟੀ ਸਾਡੇ ਲਈ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਰਿਲੀਜ਼ ਦਾ
ਸੋ ਉਹਨਾਂ ਵੱਲੋਂ ਸਿੱਧਾ ਸਿੱਧਾ ਇਸੇ ਗੱਲ ਵੱਲ ਇਸ਼ਾਰਾ ਕੀਤਾ ਗਿਆ ਕਿ ਰੈਦਰ ਦੈਨ ਤੁਸੀਂ ਸਾਨੂੰ ਬਲੇਮ ਕਰੋ ਇਸ ਗੱਲ ਦੇ ਲਈ ਜਾਂ ਸਿੱਖ ਕਮਿਊਨਿਟੀ ਨੂੰ ਬਲੇਮ ਕਰੋ ਕਿ ਜੀ ਇਹਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਇਹ ਜਿਹੜੀ ਵੈਂਡਲਾਈਜੇਸ਼ਨ ਹੈ ਉਹ ਕੀਤੀ ਹੈ। ਰੈਦਰ ਜਿਹੜੀਆਂ ਇੱਥੇ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੂੰ ਅੰਦਰ ਉਹਨਾਂ ਕੋਲੋਂ ਕੁਐਸਚਨ ਪੁੱਛਣਾ ਚਾਹੀਦਾ ਆ ਕਿ ਜੀ ਤੁਸੀਂ ਜਿਹੜੀ ਸੀ ਸੀ ਟੀ ਵੀ ਫੁਟੇਜ ਹੈ ਉਹ ਪ੍ਰੋਵਾਈਡ ਕਰੋ, ਕਿਉਂਕਿ ਜਿੰਨੀਆਂ ਇਹ ਵੈਂਡਲਾਈਜੇਸ਼ਨ ਹੋਈਆਂ ਨੇ, ਅਸੀਂ ਹੁਣ ਸੈਨ ਫਰਾਂਸਿਸਕੋ ਸੋਰੀ ਸੈਨ ਹੋਜ਼ੇ ਦਾ ਜ਼ਿਕਰ ਕਰ ਰਹੇ ਹਾਂ, ਬੇ ਏਰੀਏ ਦਾ, ਅਸੀਂ ਟੋਰਾਂਟੋ ਦੇ ਵਿੱਚ ਦੇਖਿਆ, ਆਸਟ੍ਰੇਲੀਆ ਦਾ ਅਸੀਂ ਜ਼ਿਕਰ ਕੀਤਾ ਜਿੱਥੇ ਈਵਨ ਨਰਿੰਦਰ ਮੋਦੀ ਜਦੋਂ ਆਸਟ੍ਰੇਲੀਆ ਦੇ ਦੌਰੇ 'ਤੇ ਗਏ ਆ ਉਹਨਾਂ ਨੇ ਪਰਸਨਲੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹੀ ਹੈ ਕਿ ਜੀ ਜਿਹੜਾ ਹਿੰਦੂ ਧਰਮ ਹੈਗਾ ਉਹ ਖਤਰੇ ਦੇ ਵਿੱਚ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਸਾਨੂੰ ਜਿਹੜੀ ਹਿੰਦੂ ਕਮਿਊਨਿਟੀ ਹੈ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਦਕਿ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉੱਥੇ ਨਾ ਸੀ ਸੀ ਟੀ ਵੀ ਫੁਟੇਜ ਪ੍ਰੋਵਾਈਡ ਕੀਤੀ ਗਈ, ਬਿਆਨ ਉਹਨਾਂ ਦੇ ਆਪਸ ਦੇ ਵਿੱਚ ਨਹੀਂ ਸੀ ਰਲਦੇ। ਸੋ ਈਵਨ ਪੁਲਿਸ ਡਿਪਾਰਟਮੈਂਟ ਨੇ ਵੀ ਕੁਐਸਚਨ ਕੀਤਾ ਜਿਹੜੇ ਐਵੀਡੈਂਸ ਜਾਂ ਜਿਹੜੀਆਂ ਗੱਲਾਂ ਮੰਦਰ ਦੇ ਵੱਲੋਂ, ਮੰਦਰ ਦੇ ਜਿਹੜੇ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਉਹਦੇ ਉੱਤੇ ਉਹਨਾਂ ਨੇ ਕੁਐਸਚਨ ਮਾਰਕ ਲਾਇਆ ਕਿ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ। ਉਹੀ ਗੱਲ ਅਸੀਂ ਟੋਰਾਂਟੋ ਦੇ ਵਿੱਚ ਦੇਖਦੇ ਹਾਂ ਜਿੱਥੇ ਇੱਕ ਇੰਡੀਅਨ ਐਮ ਪੀ ਵੱਲੋਂ ਜਿਹੜਾ ਆ ਉਹ ਮੀਡੀਆ ਦੇ ਵਿੱਚ ਆ ਕੇ ਜਾਂ ਬਾਹਰ ਆ ਕੇ ਸਿੱਖ ਕਮਿਊਨਿਟੀ ਨੂੰ ਬਲੇਮ ਕੀਤਾ ਜਾਂਦਾ ਜਿਹੜਾ ਕਿ ਇੰਡੀਅਨ ਰਿਲੀਜਨ ਦਾ ਐਮ ਪੀ ਹੈ, ਅਤੇ ਉਹਨੂੰ ਫਿਰ ਜਿਹੜਾ ਅਥੋਰਿਟੀਜ਼ ਨੇ ਉਹ ਡਬਲ ਉਹਦੇ 'ਤੇ ਪ੍ਰੈਸ਼ਰ ਬਣਦਾ ਅਤੇ ਉਹ ਆਪਣਾ ਜਿਹੜੀ ਸਟੇਟਮੈਂਟ ਹੈ ਉਹ ਵਾਪਸ ਲੈਂਦਾ। ਸੋ ਇਹ ਇੱਕ ਨੈਰੇਟਿਵ ਦੇ ਪੱਧਰ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ, ਜਦਕਿ ਜਿਹੜੇ ਫੈਕਟਸ ਹੈਗੇ ਆ ਉਹ ਕੁਝ ਹੋਰ ਦੱਸਦੇ ਆ, ਜਦਕਿ ਫੈਕਟਸ ਸਾਹਮਣੇ ਵੀ ਨਹੀਂ ਆਏ ਹੁੰਦੇ ਹਜੇ ਐਗਜੈਕਟਲੀ, ਜਦੋਂ ਪੁਲਿਸ ਡਿਪਾਰਟਮੈਂਟ ਨੇ ਨਹੀਂ ਇਨਵੈਸਟੀਗੇਟ ਕੀਤਾ ਅਤੇ ਕਿਵੇਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਆ। ਸੋ ਸਾਨੂੰ ਇੱਥੇ ਕੁਝ ਗੱਲਾਂ ਨੂੰ ਸਮਝਣ ਦੀ ਲੋੜ ਹੈ, ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਇਹ ਜਿਹੜੀ ਟਾਰਗੇਟ ਕੀਤਾ ਜਾ ਰਿਹਾ ਆ। ਸੋ ਮੈਂ ਸਮਝਦਾ ਸਾਡੀਆਂ ਔਰਗਨਾਈਜੇਸ਼ਨਸ ਵੱਲੋਂ, ਜਿਹੜਾ ਓਨਟੈਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੇ 'ਤੇ ਗੱਲ ਕੀਤੀ ਗਈ ਕਿ ਜੀ ਅਸੀਂ $10,000 ਦਾ ਰਿਵਾਰਡ ਦੇਵਾਂਗੇ, ਜਾਂ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਆ, ਸਟੇਟਮੈਂਟ ਇਸ਼ੂ ਹੋਈ ਹੈ, ਸਾਡਾ ਹੋਰ ਇਸ ਦੇ ਵਿੱਚ ਰੋਲ ਕੀ ਬਣਦਾ ਇੱਥੇ ਦੀਆਂ ਏਜੰਸੀਆਂ ਦੇ ਨਾਲ ਤਾਲਮੇਲ ਕਰਨ ਦੇ ਹਵਾਲੇ ਨਾਲ, ਅਤੇ ਆਪਣੀ ਕਮਿਊਨਿਟੀ ਨੂੰ ਵੀ ਇਸ ਵਿੱਚ ਜਾਗਰੂਕ ਕਰਨ ਦੇ ਹਵਾਲੇ ਨਾਲ? ਇਹਦੇ ਵਿੱਚ ਦੇਖੋ, ਵੈਸੇ ਮੈਨੂੰ ਲੱਗਦਾ ਕਿ ਜਿਹੜਾ ਵੈਸਟਰਨ ਸਾਰਾ ਇਹ ਸਿਸਟਮ ਆ, ਸਿਕਿਉਰਿਟੀ ਸਿਸਟਮ ਆ, ਉਹ ਕਾਫੀ ਜ਼ਿਆਦਾ ਕੈਪੇਬਲ ਹੈਗਾ ਆ, ਮਤਲਬ ਸਹੀ ਇਨਵੈਸਟੀਗੇਸ਼ਨ ਕਰਨ ਦੇ। ਤੇ ਇਹ ਜਿਹੜੀਆਂ ਇਹਨਾਂ ਦੀਆਂ ਐਲੀਗੇਸ਼ਨਸ ਨੇ ਉਹ ਵੈਸਟਰਨ ਮੀਡੀਆ ਵੀ ਸੀਰੀਅਸ ਨਹੀਂ ਲੈਂਦਾ, ਉਹਨੂੰ ਸਿਰਫ ਇੰਡੀਅਨ ਮੀਡੀਆ ਆ ਜਿਹਦੀ ਦੁਨੀਆਂ ਦੇ ਵਿੱਚ ਕੋਈ ਕ੍ਰੈਡੀਬਿਲਿਟੀ ਨਹੀਂ ਆ, ਸਿਰਫ ਆਪਣੀ ਜਿਹੜੇ ਉੱਥੇ ਅਨਪੜ੍ਹ ਲੋਕ ਨੇ ਉਹਨਾਂ ਨੂੰ ਫੀਡ ਕਰਨ ਦੇ ਲਈ ਇੱਕ ਟੂਲ ਬਣ ਕੇ ਰਹਿ ਗਿਆ ਆ। ਵੀ ਉਹਦੇ ਲਈ ਉਹ ਉਹਨਾਂ ਨੇ ਕਦੇ ਨਹੀਂ ਹਟਣਾ, ਉਹਨਾਂ ਨੇ ਇਹੋ ਜਿਹੀਆਂ ਰੋਜ਼ ਕੁਛ ਨਾ ਕੁਛ ਝੂਠੀਆਂ ਜਿਹੜੀਆਂ ਖ਼ਬਰਾਂ ਨੇ ਉਹ ਪ੍ਰਕਾਸ਼ਿਤ ਕਰਨੀਆਂ ਨੇ। ਤਾਂ ਉਹਦੇ ਵਿੱਚ ਸਿੱਖ ਕੀ ਕਰ ਸਕਦੇ ਆ? ਇੱਕ ਤਾਂ ਇਹ ਆ ਵੀ ਸਿੱਖਾਂ ਨੂੰ ਆਪਣੇ ਨੈਰੇਟਿਵ ਦੇ ਲਈ, ਜਿਵੇਂ TV 84 ਸਿੱਖ ਆਵਾਜ਼ ਜਿਹੜੀ ਆ ਉਹਨੂੰ ਚੁੱਕਦਾ ਆ, ਇਸੇ ਤਰ੍ਹਾਂ ਦੇ ਨਾਲ TV 84 ਵਰਗੇ ਅਦਾਰੇ ਜਿਹੜੇ ਆ ਹੋਰ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਆ, ਤਾਂ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਫੀਡ ਇੰਡੀਅਨ ਮੀਡੀਆ ਤੋਂ ਨਾ ਲੈਣੀ ਪਵੇ, ਉਹਨਾਂ ਨੂੰ ਜਾਣਕਾਰੀ ਜਿਹੜੀ ਆ ਉਹ ਆਪਣੇ ਅਦਾਰਿਆਂ ਤੋਂ ਮਿਲ ਸਕੇ ਵੀ ਸੱਚ ਕੀ ਆ ਤੇ ਝੂਠ ਕੀ ਆ। ਇਹ ਦੂਜਾ ਇਹ ਆ ਵੀ ਜਿਹੜਾ ਇਹ ਹੋ ਰਿਹਾ ਆ ਵੀ ਇੰਡੀਅਨ ਅਸਟੈਬਲਿਸ਼ਮੈਂਟ ਜੇ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਹਿੰਦੂ ਨੇ ਉਹਨਾਂ ਦੇ ਉੱਤੇ ਸਿੱਖ ਅਟੈਕ ਕਰ ਰਹੇ ਆ, ਤਾਂ ਸਿੱਖਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਕਿ ਕੋਈ ਵੀ ਬੰਦਾ, ਕਈ ਵਾਰ ਹੁੰਦਾ ਕਿ ਕਿਸੇ, ਕਿਉਂਕਿ ਸਿੱਖਾਂ ਦੇ ਅੰਦਰ ਗੁੱਸਾ ਜ਼ਰੂਰ ਆ ਜੀ, ਵੀ ਜੋ ਸਿੱਖਾਂ ਦੇ ਨਾਲ ਉੱਥੇ ਹੋਇਆ ਆ, ਤਾਂ ਉਸ ਗੁੱਸੇ ਨੂੰ ਕਈ ਵਾਰ ਕੋਈ ਜਿਹੜੇ ਏਜੰਟਸ ਹੁੰਦੇ ਆ ਉਹ ਯੂਜ਼ ਕਰਦੇ ਆ ਸਾਰੀ ਕਮਿਊਨਿਟੀ ਨੂੰ ਡੀਫੇਮ ਕਰਨ ਦੇ ਲਈ, ਕੋਈ ਐਕਟ ਇਹੋ ਜਿਹੇ ਕਰਵਾ ਜਾਂਦੇ ਆ ਵੀ ਜਿਹੜੇ ਕਿ ਤੁਹਾਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਹਾਨੂੰ ਤਾਕਤ ਦੇਣ ਦੀ ਬਜਾਏ ਤੁਹਾਡੀ ਮੂਵਮੈਂਟ ਨੂੰ, ਤੁਹਾਡੀ ਮੂਵਮੈਂਟ ਨੂੰ ਸੈੱਟ ਬੈਕ ਲਾ ਜਾਂਦੇ ਆ। ਤਾਂ ਇਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਜ਼ਿੰਮੇਵਾਰ ਜਿਹੜੇ ਲੋਕ ਆ ਸਿੱਖਾਂ ਦੇ ਵਿੱਚ ਜਾਂ ਆਮ ਸਿੱਖ ਵੀ ਆ, ਉਹਨਾਂ ਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਕਿ ਉਹ ਕੋਈ ਵੀ ਇਹੋ ਜਿਹਾ ਜਿਹੜਾ ਕੰਮ ਆ ਉਹ ਨਾ ਕਰਨ ਜਿਹੜਾ ਕਿ ਸਿੱਖ ਸਿਧਾਂਤ ਦੇ ਵੀ ਵਿਰੋਧੀ ਆ, ਜਿਹੜੇ ਇਹੋ ਜਿਹੇ ਕੰਮ ਨੇ। ਤੇ ਦੂਜੀ ਗੱਲ ਇਹ ਆ ਵੀ ਇਹ ਵੈਸੇ ਵੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹ ਇੱਕ ਸਟੇਟ ਦੇ ਖਿਲਾਫ ਆ, ਜਿਹੜੀ ਸਟੇਟ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ, ਉਹਨਾਂ ਦੇ ਰਿਸੋਰਸਿਸ ਨੂੰ ਲੁੱਟਿਆ, ਉਹਨਾਂ ਦਾ ਜੈਨੋਸਾਈਡ ਕੀਤਾ, ਇੱਕ ਪੋਲੀਟੀਕਲ ਅਸਟੈਬਲਿਸ਼ਮੈਂਟ ਦੇ ਖਿਲਾਫ ਆ। ਸਿੱਖਾਂ ਦੀ ਕਦੇ ਵੀ ਜਿਹੜੀ ਲੜਾਈ ਆ ਉਹ ਆਮ ਜਨਤਾ ਆਮ ਲੋਕਾਂ ਦੇ ਖਿਲਾਫ ਨਹੀਂ ਰਹੀ ਆ,
ਜੀ ਤੇ ਇਸ ਗੱਲ ਨੂੰ ਜਿਹੜਾ ਆ ਅੱਜ ਹਰ ਸਿੱਖ ਨੂੰ ਸਮਝਣਾ ਚਾਹੀਦਾ ਹੈ ਤੇ ਕੋਈ ਵੀ ਜਿਹੜਾ ਇਹੋ ਜਿਹਾ ਸਿੱਖ ਆਰਗੇਨਾਈਜੇਸ਼ਨ ਚਾਹੀਦਾ ਵੀ ਕਮਿਊਨਿਟੀ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਕਿ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਖਾਸ ਤੌਰ 'ਤੇ ਇਹਦੇ ਵਿੱਚ ਬਹੁਤ ਕੋਸ਼ਿਸ਼ਾਂ ਹੋਣਗੀਆਂ ਸਿੱਖ ਜਿਹੜੀ ਆਈਡੈਂਟੀਟੀ ਆ ਜਾਂ ਸਿੱਖ ਕਰੈਕਟਰ ਆ ਜਿਹੜਾ ਉਹਨੂੰ ਡੀਫੇਮ ਕਰਨ ਦੀਆਂ ਅਤੇ ਬੜੀਆਂ ਸਾਜਿਸ਼ਾਂ ਵੀ ਰਚੀਆਂ ਜਾ ਸਕਦੀਆਂ ਤਾਂ ਇਹੋ ਜਿਹਾ ਕੋਈ ਵੀ ਕੰਮ ਜਿਹੜਾ ਆ ਕਮਿਊਨਿਟੀ ਦੇ ਵਿੱਚ ਕਿਸੇ ਵੱਲੋਂ ਵੀ ਜਿਹੜਾ ਨਾ ਕੀਤਾ ਜਾਵੇ ਜਿਹੜਾ ਕਿ ਸਿੱਖਾਂ ਦੀ ਜਿਹੜੀ ਛਵੀ ਆ ਖਾਸ ਤੌਰ 'ਤੇ ਇਹਨਾਂ ਮੁਲਕਾਂ ਦੇ ਵਿੱਚ ਉਹਨੂੰ ਮਤਲਬ ਉਹਦੇ 'ਤੇ ਸੱਟ ਮਾਰੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।